बीती रात सोते हुए परिवार ऊपर गड्डिया ते मोटरसाइकिल ऊपर आए हमलावरां ने हमला कर दिता, जो कि कुछ वाहना खिड़कियां दरवाजियां दी भन तोड़ करन तो बाद तीन हवाई फायर करते हुए फरार हो गए। यह वारदात है तहसील फगवाड़ा अधीन आउंदे पिंड नसीराबाद दी। सिविल हस्पताल पांस्टा विखे दाखिल ढेरू सिंह पुत्र गोदा सिंह वासी नसीराबाद ने दस्या कि वह अपने परिवार समेत घर में सुता पिया सी कि रात 8 बजे के करीब एक गड्डी अते मोटरसाइकिल ते कुछ लोग चलाते हुए आए, जिन्ह ने कि उन्होंने घर उपर इट्टां रोड़ियां ते किरपाना नाल हमला कर दिता ते घर दे बाहर खड़े दो मोटरसाइकलां अते एक एक्टिवा दी भनतोड़ कर दिती। ते जदों उसने बाहर निकल के देखिया तां साडे पिंड दे ही जगतार सिंह पुत्र निर्मल सिंह जिस नाल कि उन्हां दा जमीनी विवाद है ने मेरे उपर हमला कर दिता। इस तो बाद वह अपने साथियों समेत तीन हवाई फायर करते हुए उत्थों फरार हो गए। भजदे हुए एक मोटरसाइकिल स्टार्ट ना होने करके भजदे हुए एक मोटरसाइकिल स्टार्ट ना होने ते वह मोटरसाइकिल उत्थे ही छड्ड गए। पिंड नसीराबाद जी, हाँ जी, जगतार जी, दीपू जी, इन्हें मैं मारिया पिंड इन्हें जो कुछ भी ऐटा बट्टे दात गडासिया हाँ जी फैर भी दो तीन किते नहीं जी। तुसी कित्थे सीगे उस टाइम जदों जी ये हमला होया? असी घर से जी। ते किन्ने बंदियां दे सट्टा लगियां? सट्टा मेरे लगियां जी, होर तां नठ गए सारे जी। ਤੇ ਕਿੰਨੇ ਬੰਦੇ ਸੀਗੇ ਟੋਟਲ ਤੇ ਕਾਤੇ ਆਏ ਸੀਗੇ? ਇਹ ਜੀ ਗੱਡੀ ਦੇ ਵਿੱਚ ਆਏ ਕੋ ਮੋਟਰਸਾਈਕਲਾਂ ਤੇ ਆਏ ਜੀ। ਮੋਟਰਸਾਈਕਲਾਂ ਤੇ ਆ ਕੇ ਨਹੀਂ ਪਹਿਲਾਂ ਤਾਂ ਇਹਦੇ ਜਗਤਾਰ ਦੇ ਘਰ ਨਸ਼ਾ ਪਾਣੀ ਪੀਤਾ, ਚਿੱਟਾ ਲਾਇਆ, ਚਿੱਟਾ ਲਾ ਕੇ ਫਿਰ ਇਹਨੇ ਹੋਰ ਕੁਝ ਕਈ ਕੰਮ ਨਸ਼ੇ ਕੀਤੇ ਆ। ਫਿਰ ਇਹ 10-12 ਬੰਦੇ ਗੇਟ ਤੋਂ ਬਾਹਰ ਧੱਕਾ ਮਾਰ ਕੇ ਨਹੀਂ, ਗੇਟ ਤੋਂ ਬਾਹਰ ਆਪਣੇ ਤੋਂ ਬੰਦੇ ਨਿਕਲੇ, ਲਲਕਾਰੇ ਮਾਰਦੇ ਆ ਗਏ, ਮਕਾਨਾਂ ਦੇ ਸ਼ੀਸ਼ੇ ਵੀ ਤੋੜੇ ਆ ਤਾਕੀਆਂ ਦੇ ਜੀ। ਮੋਟਰਸਾਈਕਲ ਬੁਲਟ ਦੋ, ਇੱਕ ਦੂਆ ਮੋਟਰਸਾਈਕਲ, ਸਕੂਟਰੀ, ਤਿੰਨ ਚੀਜ਼ਾਂ ਭੰਨੀਆਂ ਜੀ ਨੇ, ਮਾਰ ਮਾਰ ਕੇ ਡੰਡੇ ਜੀ। ਅਤੇ ਫਾਇਰ ਕਿੰਨੇ ਹੋਏ ਆ ਜੀ? ਫਾਇਰ 3 ਹੋਏ ਆ ਜੀ। ਇਹ ਕਿੰਨੇ ਵਜੇ ਦੀ ਗੱਲ ਆ ਜੀ? ਇਹ 8 ਵਜੇ ਦੀ ਗੱਲ, 9 ਵਜੇ ਦੀ ਜੀ। ਇਹਦੇ ਬਾਰੇ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਆ ਜੀ? ਹਾਂਜੀ ਦਿੱਤੀ ਹੈ ਜੀ। ਅਤੇ ਪੁਲਿਸ ਮੌਕੇ 'ਤੇ ਆਈ ਆ? ਤਾਂ ਆਈ ਆ ਜੀ, ਬਾਅਦ 'ਚ ਆਈ ਆ, ਉਹ ਤਾਂ ਫਿਰ ਚਲੇ ਗਏ ਨੱਠ ਗਏ ਜੀ। ਐਸ ਪੀ ਆਏ, ਇਹਨੂੰ ਪੁਲਿਸ ਨੇ ਮੌਕਾ ਦੇਖਿਆ, ਮੌਕਾ ਦੇਖ ਕੇ ਫਿਰ ਸਾਰਾ ਕੁਛ ਦੇਖਿਆ, ਛਾਣਬੀਨ ਕੀਤੀ, ਤਾਂ ਫਿਰ ਉਹ ਚਲੇ ਗਏ। ਅਤੇ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ 'ਚੋਂ? ਅਸੀਂ ਮੰਗ ਕਰਦੇ ਵੀ ਨਿਆਂ ਹੋਣਾ ਚਾਹੀਦਾ, ਹੋਰ ਅਸੀਂ ਕੀ ਮੰਗ ਕਰਦੇ ਹਾਂ ਉਹਨਾਂ ਤੋਂ। ਅਤੇ ਇਹ ਤੁਹਾਡੀ ਕੋਈ ਪੁਰਾਣੀ ਰੰਜਿਸ਼ ਆ ਜੇ? ਇਹ ਸਾਡੀ ਤਾਂ ਕੋਈ ਰੰਜਿਸ਼ ਹੀ ਨਹੀਂ ਇਹਦੇ ਨਾਲ, ਜ਼ਮੀਨ ਦੀ ਰੰਜਿਸ਼ ਆ, ਉਹ ਕੱਢਦਾ ਇਹ ਜੀ। ਵੀ ਬਾਪ ਦੀ ਜ਼ਮੀਨ ਆ ਕੁੜੀਆਂ ਨੂੰ ਦਿੱਤੀ, ਉਹ ਰੰਜਿਸ਼ ਹੈ ਜੀ ਇਹਦੀ। ਉਧਰ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ DSP ਫਗਵਾੜਾ AR ਸ਼ਰਮਾ ਅਤੇ ਚੌਂਕੀ ਇੰਚਾਰਜ ਪਾਂਸਟਾ ਵਿਜੇ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। DSP AR ਸ਼ਰਮਾ ਨੇ ਦੱਸਿਆ ਕਿ ਇਸ ਨੂੰ ਲੈ ਕੇ ਜਗਤਾਰ ਸਿੰਘ ਸਮੇਤ ਦੋ ਵਿਅਕਤੀਆਂ ਉੱਪਰ 22 ਨੇਮ ਅਤੇ 10 ਤੋਂ 12 ਅਨਪਛਾਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇੱਥੇ ਇੱਕ ਜਗਤਾਰ ਸਿੰਘ ਨਾਂ ਦਾ ਬੰਦਾ ਹੈ, ਉਹਦੇ ਦੋ ਭਰਾ ਸੀ, ਉਹ ਇੱਕ ਭਰਾ ਦੀ ਡੈਥ ਹੋ ਗਈ, ਦੋ ਭੈਣਾਂ ਸੀ, ਇੱਕ ਉਹਦੀ ਮਦਰ ਹੈ। ਉਹ ਆਪਣੀ ਮਦਰ ਨੂੰ ਟੇਕ ਕੇਅਰ ਨਹੀਂ ਕਰਦਾ ਸੀਗਾ, ਇਸ ਕਰਕੇ ਉਹਦੀ ਭੈਣ ਨੇ, ਉਹਦੀ ਮਾਂ ਨੇ ਕੀ ਕੀਤਾ, ਜਿਹੜੀ ਪ੍ਰੋਪਰਟੀ ਸੀ 5 ਹਿੱਸੇ ਪਾ ਲਈ, ਦੋਵੇਂ ਭਰਾ ਹੋ ਗਏ, ਦੋਵੇਂ ਭੈਣਾਂ 'ਤੇ ਇੱਕ ਉਹ ਆਪਣੇ ਨਾਂ 'ਤੇ। ਇਹ ਬੰਦਾ ਇਤਰਾਜ ਕਰਦਾ ਵੀ ਕੁੜੀਆਂ ਦਾ ਕੋਈ ਹੱਕ ਨਹੀਂ ਹੈਗਾ, ਉਹਨਾਂ ਦਾ ਆਪਸ 'ਚ ਕੋਰਟ ਕੇਸ ਚੱਲਦਾ, ਕੁੜੀਆਂ ਉਹਨਾਂ ਦੇ ਗਵਾਂਢੀ, ਇੱਕ ਉਹਦਾ ਰਹਿੰਦਾ ਉੱਥੇ, ਆਪਣਾ ਚਾਚਾ ਰਹਿੰਦਾ ਉਹਦਾ, ਉੱਥੇ ਉਹਦੇ ਘਰ ਕਿਤੇ ਆ ਗਈਆਂ ਕੱਲ੍ਹ, ਕਿਤੇ ਚਾਹ ਪਾਣੀ ਪੀ ਗਈਆਂ ਹੋਣੀਆਂ। ਇਸ ਰੰਜਿਸ਼ 'ਚ ਉਹਨੂੰ ਐਂ ਹੋਗਾ ਵੀ ਪਤਾ ਨਹੀਂ ਮੇਰੀ ਭੈਣਾਂ ਨੂੰ ਇਹ ਮਿਸਗਾਈਡ ਕਰਦੀਆਂ ਨੇ, ਅਤੇ ਜਿਸ ਕਰਕੇ ਉਹ 8-10 ਬੰਦੇ ਲੈ ਕੇ ਉਹਦੇ ਘਰ 'ਤੇ ਹਮਲਾ ਕਰਦਾ। ਉਹਨਾਂ ਦੇ ਦਰਵਾਜ਼ੇ ਦੇ ਦੂਜੇ ਭੰਨਤੇ, ਉਹਨਾਂ ਦੇ ਵਹੀਕਲ ਭੰਨਤੇ, ਮੋਟਰਸਾਈਕਲ, ਉਹਨਾਂ ਦੀ ਫਸਲ ਦੇ ਵਿੱਚ ਦੀ ਗੱਡੀ ਸੀਗੀ, ਇਹਦੇ ਕੋਲ ਸਫਾਰੀ, ਉਹਦੇ ਵਿੱਚ ਦੀ ਫਸਲ ਵਿੱਚ ਦੀ ਲੰਘਾਤੀ। ਅਤੇ ਉੱਥੇ ਢੇਰੂ ਸਿੰਘ ਸੀਗਾ, ਇੱਕ ਉਹਨਾਂ ਦਾ ਰਿਸ਼ਤੇਦਾਰ, ਉਹਦੇ ਹਮਲਾ ਕਰਤਾ, ਉਹਦੇ ਸ਼ਾਰਪ ਇੰਜਰੀਆਂ ਆ ਗਈਆਂ, ਜਿਸ ਕਰਕੇ FIR ਨੰਬਰ 3 ਅੰਡਰ ਸੈਕਸ਼ਨ 452-336 323-24 148-49 ਆਰਮਜ ਐਕਟ ਦੇ ਤਹਿਤ ਉਹਦੇ ਖਿਲਾਫ FIR ਦਰਜ ਹੋ ਗਈ ਹੈ, ਇਨਵੈਸਟੀਗੇਸ਼ਨ ਜਾਰੀ ਹੈ, ਅਰੈਸਟ ਹਜੇ ਕਰਨੀ ਬਾਕੀ ਹੈ। ਕੋਈ ਫਾਇਰ ਵੀ ਹੋਇਆ ਹੈ ਉਹਨਾਂ ਵੱਲੋਂ? ਜਿਹੜੇ ਕੰਪਲੇਂਟ ਨੇ ਢੇਰੂ ਸਿੰਘ, ਉਹਨਾਂ ਵੱਲੋਂ ਦੱਸਿਆ ਗਿਆ ਵੀ ਫਾਇਰ ਹੋਏ ਨੇ ਹਵਾਈ 3, ਉਹ ਇਨਵੈਸਟੀਗੇਸ਼ਨ ਦਾ ਵਿਸ਼ਾ, ਜੇ ਫਾਇਰ ਹੋਣੇ ਪਾਏ ਗਏ ਤਾਂ ਉਸ ਹਿਸਾਬ ਨਾਲ ਉਹ ਕਾਰਵਾਈ ਕਰ ਦਿੱਤੀ ਜਾਵੇਗੀ। ਕੋਈ ਅਰੈਸਟ ਵੀ ਹੋਈ ਹੈ? ਨਹੀਂ, ਹਜੇ ਅਰੈਸਟ ਨਹੀਂ ਹੋਏ, ਹਜੇ ਭਗੌੜਾ ਹੈਗਾ ਭੱਜਿਆ। ਕਿੰਨਿਆਂ ਦੇ ਖਿਲਾਫ ਪਰਚਾ ਹੈ ਦਰਜ? ਇਹ ਦੋ ਬੰਦੇ ਬਾਈ ਨੇਮ ਨੇ, ਬਾਕੀ ਇਹ 10-11 ਅਨਸ਼ਕਤ।